ਜੋ ਜੋ ਚੋਣਾਵੀ ਸਮਾਂ ਨੇੜੇ ਆ ਰਿਹਾ ਸਿਆਸੀ ਪਾਰਟੀ ਦੀਆਂ ਦਿਲਾਂ ਦੀਆਂ ਧੜਕਣਾਂ ਵੀ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਵਿਸ਼ੇਸ਼ ਬਾਤ ਗੱਲਬਾਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਜੀ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਅਜੀਤ ਵੈਬ ਟੀਵੀ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਰ ਪ੍ਰਚਾਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿ ਸਮਾਂ ਥੋੜਾ ਰਹਿ ਗਿਆ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਤੇ ਪਬਲਿਕ ਤੋਂ ਕਿਸ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਬਹੁਤ ਅੱਛਾ ਪ੍ਰਚਾਰ ਚੱਲਿਆ ਔਰ ਬਹੁਤ ਹੀ ਨਿੱਘਾ ਸਵਾਗਤ ਹੋ ਰਿਹਾ ਜਿੱਥੇ ਵੀ ਅਸੀਂ ਜਾ ਰਹੇ ਹਾਂ ਅੱਜ ਸਵੇਰ ਦੇ ਅਸੀਂ 100 ਤੋਂ ਵੱਧ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਔਰ BSP ਨੂੰ ਜੁਆਇਨ ਕੀਤਾ ਸਰ ਜੇ ਗੱਲ ਕਰੀਏ ਮੁੱਦਿਆਂ ਦੀ ਤੁਹਾਡੀ ਪਾਰਟੀ ਦੀ ਕਿਹੜੀਆਂ ਨੀਤੀਆਂ ਆ ਮੁੱਦੇ ਆ ਜਿਸ ਨੂੰ ਲੈ ਕੇ ਤੁਸੀਂ ਡੋਰ ਟੂ ਡੋਰ ਇਸ ਵਾਰ ਵੋਟ ਮੰਗ ਰਹੇ ਹੋ ਸਾਡੀ ਪਾਰਟੀ ਨੇ ਜਿਹੜਾ ਚੋਣ ਮੈਨੀਫੈਸਟੋ ਬਣਾਇਆ 13-31 ਦੋਨਾਂ ਪਾਰਟੀਆਂ ਦੇ ਗੱਠਜੋੜ ਦਾ ਇਹ ਚੋਣ ਮੈਨੀਫੈਸਟੋ ਹੈ ਔਰ ਅਕਾਲੀ ਦਲ ਦਾ ਇੱਕ ਇਤਿਹਾਸ ਹੈ ਜੋ ਕਿਹਾ ਸੋ ਕੀਤਾ ਔਰ ਜੋ ਕਹਾਂਗੇ ਸੋ ਕਰਾਂਗੇ ਸਰ ਜੇ ਗੱਲ ਕਰੀਏ ਹਲਕਾ ਦਸੂਹਾ ਕੰਡੀ ਖੇਤਰ ਏਰੀਆ ਹੈ ਤੁਸੀਂ ਖੁਦ ਇੱਕ ਕੰਡੀ ਏਰੀਏ ਤੋਂ ਸੰਬੰਧਿਤ ਹੋ ਕੰਡੀ ਏਰੀਏ ਦੇ ਲੋਕਾਂ ਦੀ ਸਮੱਸਿਆ ਤੁਸੀਂ ਖੁਦ ਜ਼ਿਆਦਾ ਬਿਹਤਰ ਜਾਣਦੇ ਹੋ ਹਲਕਾ ਦਸੂਹਾ ਦੇ ਜਿਹੜੇ ਲੋਕਾਂ ਦੀ ਮੇਨ ਮੁੱਖ ਸਮੱਸਿਆ ਰਹੀ ਹੈ ਇੱਕ ਸਾਫ਼ ਪਾਣੀ ਅਤੇ ਮਾਈਨਿੰਗ ਮਾਫੀਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਸਰਕਾਰ ਬਣਨ 'ਤੇ ਨੰਬਰ 1 ਪ੍ਰਾਇਓਰਟੀ ਹੋ ਗਈ ਅਸੀਂ ਪਾਣੀ ਦੀ ਸਮੱਸਿਆ ਨੂੰ ਹੱਲ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਸਾਡੇ ਤਲਵਾੜੇ ਦੇ ਵਿੱਚ ਅਨਾਊਂਸ ਕਰਕੇ ਗਏ ਹਨ ਕਿ ਮੈਂ ਕੰਡੀ ਏਰੀਏ ਦੀ ਅਲੱਗ ਮਿਨਿਸਟਰੀ ਬਣਾਵਾਂਗਾ ਔਰ ਅਲੱਗ ਉਹਦੇ ਵਾਸਤੇ ਫੰਡਸ ਰਿਜ਼ਰਵ ਕਰਾਂਗੇ ਔਰ ਜਿੱਥੋਂ ਤੱਕ ਮਾਈਨਿੰਗ ਮਾਫੀਆ ਦੀ ਗੱਲ ਹੈ ਸਰਕਾਰ ਬਣਨ 'ਤੇ ਜੋ ਵੀ ਸਰਕਾਰ ਦੀ ਪਾਲਿਸੀ ਬਣੇਗੀ ਜਿਹੜਾ ਇਹਦੀ ਕਾਰਪੋਰੇਸ਼ਨ ਬਣਾ ਕੇ ਪ੍ਰੋਪਰ ਸਿਸਟਮ ਦੇ ਨਾਲ ਜਨਤਾ ਨੂੰ ਠੱਗਿਆ ਔਰ ਲੁੱਟਿਆ ਨਹੀਂ ਜਾਏਗਾ ਇਹ ਮਾਫੀਆ ਰਾਜ ਦਾ ਅੰਤ ਕਰ ਦੇਵਾਂਗੇ ਸਰ ਵੋਟਾਂ ਦੇ ਵਿੱਚ ਤੁਸੀਂ ਆਪਣਾ ਕੰਪੀਟੀਟਰ ਕਿਸ ਨੂੰ ਮੰਨਦੇ ਹੋ ਕਿ ਤੁਹਾਡਾ ਜਿਹੜਾ ਆ ਕਿਸ ਨਾਲ ਕੰਪੀਟੀਸ਼ਨ ਹੋ ਸਕਦਾ ਹੈ ਤੁਹਾਡੇ ਕਿਹੜੇ ਤੁਹਾਡੇ ਜਿਹੜਾ ਤੁਹਾਡੇ ਬਰਾਬਰ ਲੱਗਦਾ ਹੈ ਜਿਹੜਾ ਅੱਜ ਸਵੇਰ ਤੋਂ ਹੰਗਾਰਾ ਮਿਲ ਰਿਹਾ ਉਹ ਤਾਂ ਮੈਨੂੰ ਲੱਗ ਰਿਹਾ ਵੀ ਇਹ ਇਲੈਕਸ਼ਨ ਇੱਕ ਪਾਸਾ ਹੀ ਹੁੰਦਾ ਜਾ ਰਿਹਾ ਜਿੱਦਾਂ ਸਮਰਥਨ ਮਿਲ ਰਿਹਾ ਜਨਤਾ ਦਾ ਔਰ ਲੋਕ ਜੁਆਇਨ ਕਰ ਰਹੇ ਨੇ ਇਹ 1-way ਹੀ ਹੋ ਰਿਹਾ ਸਰ ਆਖਰੀ ਸਵਾਲ ਮੇਰਾ ਇਹ ਹੈ ਕਿ ਅਜੀਤ ਵੈਬ ਟੀਵੀ ਦੇ ਰਾਹੀਂ ਤੁਸੀਂ ਆਪਣੇ ਵੋਟਰਸ ਨੂੰ ਅਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਇਹੀ ਬੇਨਤੀ ਕਰਾਂਗਾ ਵੀ ਜਿਹੜੀ ਸਰਕਾਰ ਜਿਹਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਪੰਜਾਬ ਦੇ ਆਵਾਮ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਝੂਠੇ ਵਾਅਦੇ ਕੀਤੇ ਸੀਗੇ ਉਹਨਾਂ ਦਾ ਸਮਾਪਤੀ ਦਾ ਸਮਾਂ ਹੋ ਗਿਆ ਹੁਣ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਬੜੇ ਜ਼ੋਰ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਸਰ ਗੱਲ ਕਰਨ ਲਈ ਇਹ ਸਨ ਹਲਕਾ ਦਸੂਹਾ ਤੋਂ ਉਮੀਦਵਾਰ ਜੋ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਂਝੇ ਉਮੀਦਵਾਰ ਦੇ ਤੌਰ ਤੇ ਚੋਣਾਵੀ ਮੈਦਾਨ 'ਚ ਉਤਰੇ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਾਂਝੀ ਸਰਕਾਰ ਬਣੇਗੀ ਅਤੇ ਲੋਕਾਂ ਦੇ ਮੁੱਦੇ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ ਅਜੀਤ ਵੈਬ ਟੀਵੀ ਦਸੂਹਾ ਤੋਂ ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ ਮੇਰਾ ਵੀਰ ਸੁਖਬੀਰ ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ ਉਹ ਵੀ ਮੇਰੇ ਆਪਣੇ ਖਾਤੇ ਵਿੱਚ ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ देश दुनिया दी ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी तुहाडा अपना अजीत हुण ट्विटर ते इंस्टाग्राम दे उत्ते भी उपलब्ध है ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत तुहाडा अपना भरोसेयोग चैनल तुहाडी अपनी आवाज़ पंजाब दी आवाज़ अजीत